ਭਿੱਖੀ ਵਿੰਡ ਪੁਲਿਸ ਨੇ ਪਾਕਿਸਤਾਨ ਵੱਲੋਂ ਹੁਣ ਤੱਕ 150 ਪੈਕਟ ਹੈਰੋਇਨ ਦੇ ਮੰਗਾਉਣ ਵਾਲੇ 2 ਅੰਤਰਰਾਸ਼ਟਰੀ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਭਿੱਖੀ ਵਿੰਡ ਦੇ DSP ਸੁਲੱਖਣ ਸਿੰਘ ਮਾਨ ਨੇ ਕਿਹਾ ਕਿ ਥਾਣਾ ਖੇਮਕਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਕਸਬੇ ਵਿੱਚ ਕਾਊਂਟਰ ਇੰਟੈਲੀਜੈਂਸ ਦੇ ਮਾਮਲੇ ਵਿੱਚ ਭੰਗੌੜੇ ਅਵਤਾਰ ਸਿੰਘ ਉਰਫ ਤਾਰ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਨਿਵਾਸੀ ਬਾਗੜੀਆਂ ਪਿੰਡ ਵਿੱਚ ਘੁੰਮ ਰਹੇ ਹਨ ਅਤੇ ਉਹਨਾਂ ਦੇ ਕੋਲ ਪਾਕਿਸਤਾਨੀ ਸਿਮ ਵੀ ਹੈ। ਇਸ ਦੇ ਚੱਲਦੇ ਥਾਣਾ ਕੇਮਕਨ ਦੇ ਅਧਿਕਾਰੀ ਇੰਸਪੈਕਟਰ ਕਮਲਜੀਤ ਸਿੰਘ ਨੇ ਪੁਲਿਸ ਪਾਰਟੀ ਸਹਿਤ ਪੁਲਸੂਆ ਬਲਟੋਆ ਉੱਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਿਸ ਨੇ ਜਦੋਂ ਇੱਕ ਕਾਰ ਸਵਾਰ 2 ਨੌਜਵਾਨਾਂ ਨੂੰ ਰੁਕਣ ਲਈ ਕਿਹਾ ਤਾਂ ਉਹ ਗੱਡੀ ਭਜਾਉਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਜਦੋਂ ਪੁਲਿਸ ਨੇ ਉਹਨਾਂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਨੇ ਆਪਣੀ ਪਹਿਚਾਣ ਅਵਤਾਰ ਸਿੰਘ ਉਰਫ ਤਾਰ ਅਤੇ ਮਨਪ੍ਰੀਤ ਸਿੰਘ ਨਿਵਾਸੀ ਹੰਸਾਵਾਲ ਦੇ ਰੂਪ ਵਿੱਚ ਦੱਸੀ। ਪੁਲਿਸ ਨੂੰ ਜਾਂਚ ਦੌਰਾਨ ਇਹਨਾਂ ਦੋਸ਼ੀਆਂ ਕੋਲੋਂ ਪਾਕਿਸਤਾਨੀ ਸਿਮ ਅਤੇ ਮੋਬਾਈਲ ਬਰਾਮਦ ਹੋਏ। ਪੁੱਛਗਿੱਛ ਦੌਰਾਨ ਇਹਨਾਂ ਦੋਸ਼ੀਆਂ ਨੇ ਮੰਨਿਆ ਕਿ ਉਹ ਸਾਲ 2014 ਵਿੱਚ ਉਹਨਾਂ ਦੇ ਸੰਬੰਧ ਸੁਖਦੇਵ ਸਿੰਘ ਅਤੇ ਕਰਮ ਸਿੰਘ ਦੇ ਨਾਲ ਬਣ ਗਏ ਸਨ, ਜਿਨ੍ਹਾਂ ਤੋਂ ਮਿਲ ਕੇ ਉਹ ਪਾਕਿਸਤਾਨ ਵੱਲੋਂ ਹੈਰੋਇਨ ਮੰਗਵਾਉਣ ਦਾ ਧੰਦਾ ਕਰਨ ਲੱਗੇ, ਜਿਨ੍ਹਾਂ ਨੇ ਨਵੰਬਰ ਵਿੱਚ 5 ਪੈਕਟ, ਦਸੰਬਰ 2014 ਵਿੱਚ 20 ਪੈਕਟ ਹੈਰੋਇਨ, ਜਨਵਰੀ 2015 ਵਿੱਚ 12 ਪੈਕਟ ਹੈਰੋਇਨ, ਮਈ ਵਿੱਚ 19 ਪੈਕਟ ਅਤੇ ਪਾਕਿਸਤਾਨੀ ਮੌਜ਼ਰ ਮੰਗਵਾਏ ਸਨ, ਜਿਸ ਵਿੱਚੋਂ 19 ਪੈਕਟ ਹੈਰੋਇਨ ਦੇ ਨਾਲ ਹੀ ਪਾਕਿਸਤਾਨ ਵੱਲੋਂ ਰਾਵੀ ਦਰਿਆ ਦੇ ਰਸਤੇ ਪਾਕਿਸਤਾਨੀ ਮੁਸਲਮਾਨ ਵੀ ਭਾਰਤ ਆ ਗਏ ਸਨ। ਹੋਰ ਇਹਨਾਂ ਦੋਸ਼ੀਆਂ ਨੇ ਕੀ ਕਿਹਾ, ਦੇਖੋ ਭੁਪਿੰਦਰ ਸਿੰਘ ਭਿੱਖੀ ਵਿੰਡ ਵੱਲੋਂ ਭੇਜੀ ਗਈ ਇਸ ਰਿਪੋਰਟ ਵਿੱਚ। ਇੰਸਪੈਕਟਰ ਕਮਲਮੀਤ ਸਿੰਘ ਜਿਹੜੇ SHO ਬਟੂਆ ਲੱਗੇ ਨੇ, ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਹੀ ਸੀ। ਅਵਤਾਰ ਸਿੰਘ ਇੱਕ ਹੈਗਾ ਦੋਸ਼ੀ ਜਿਹੜਾ 2015 ਦਾ ਕਾਊਂਟਰ ਇੰਟੈਲੀਜੈਂਸ ਦੇ ਮੁਕਦਮੇ 'ਚ ਉਹ PO ਸੀ। ਉਹਨੂੰ ਉਸ ਟਾਈਮ ਦੇ ਵਿੱਚ ਇਹਨੇ 3-4 ਕੰਸਾਈਨਮੈਂਟਾਂ ਜਿਹੜੀਆਂ ਪਾਕਿਸਤਾਨ ਤੋਂ ਹੈਰੋਇਨ ਦੀਆਂ ਆਈਆਂ ਸੀ ਉਹ ਸੁਖਦੇਵ ਸਿੰਘ ਸਰਮੁੱਖ ਉਹਦੇ ਨਾਲ ਇਹਨੇ ਲਿਆਂਦੀਆਂ ਸੀ। ਉਹਦੇ ਵਿੱਚ APO ਭਗੌੜਾ ਸੀ। ਭਗੌੜੇ ਜਦੋਂ ਇੱਥੇ ਮੁਕੱਦਮਾ ਦਰਜ ਹੋ ਗਿਆ ਇਹ ਰਾਜਸਥਾਨ ਭੱਜ ਗਿਆ। ਉਸ ਤੋਂ ਰਾਜਸਥਾਨ ਤੋਂ ਬਾਅਦ ਹੁਣ ਫਿਰ ਇਹ 2016 ਦੇ ਲਾਸਟ 'ਚ ਆ ਗਿਆ। ਇਹ ਪੁਰਾਣੇ ਸਮਾਲਾਂ ਦਾ ਇੱਕ ਸੰਪਰਕ ਚਾਂਦ ਕਰਕੇ ਇਹਨੂੰ ਇੱਕ ਸਿਮ ਜਿਹੜੀ ਹੈ ਪਾਕਿਸਤਾਨੀ ਉਹ ਮੁਹੱਈਆ ਕਰਵਾਤੀ, ਜਿਹਦੇ ਵਿੱਚ ਇਸਨੇ ਅਵਤਾਰ ਸਿੰਘ ਨੇ ਫਿਰ ਨੈੱਟਵਰਕ ਪਾਕਿਸਤਾਨ ਬਣਾ ਲਿਆ। ਉਹਦੇ ਨਾਲ ਇੱਕ ਕੰਸਾਈਨਮੈਂਟ 750 ਗ੍ਰਾਮ ਦੀ ਇਹਨੇ ਸਿਰਫ ਮੰਗਵਾਈ ਹੈ ਗੁਰਦਾਸਪੁਰ ਦੇ ਏਰੀਏ ਦੇ ਵਿੱਚੋਂ। ਉੱਥੋਂ ਦੇਖਿਆ ਜੀ ਸਰ ਵੀ ਇਹਦੀ 8 ਜਾਂ ਰਸਤਾ ਇਹਦਾ ਸਾਫ਼ ਹੈ। ਹੋਰ ਇਹ ਕੰਸਾਈਨਮੈਂਟ ਮੰਗਵਾਉਣ ਦੀ ਤਾਕਤ ਵਿੱਚ ਹੀ ਪੁਲਿਸ ਨੇ ਫੜ ਲਿਆ, ਜਿਹਦੇ ਵਿੱਚ ਇਹ ਅੱਗੇ ਪ੍ਰਵੈਂਸ਼ਨ ਦੀ ਹੋ ਗਈ ਹੈ। ਇੱਕ ਇਹਦੇ ਨਾਲ ਦਾ ਸਾਥੀ ਹੋਰ ਗ੍ਰਿਫਤਾਰ ਕੀਤਾ, ਪਲੱਸ ਜਿਹੜੀਆਂ ਪਾਕਿਸਤਾਨੀ ਸਿਮ, ਪਲੱਸ ਜਿਹੜੇ ਇਹਦੇ ਕੋਲ ਮੋਬਾਈਲ 'ਤੇ ਜਿਹੜੇ ਵਟਸਐਪ 'ਤੇ ਜਾਂ ਈਮੋ 'ਤੇ ਕਾਲ ਕਰਦਾ, ਇਹਦੀ ਵਾਇਸ ਰਿਕਾਰਡਿੰਗ ਜਿਹੜੀ ਹੈਗੀ ਆ ਉਹ ਅਸੀਂ ਇਹਦੀਆਂ ਮੋਬਾਈਲਾਂ ਤੋਂ ਬਰਾਮਦ ਕੀਤੀਆਂ ਨੇ, ਰਿਕਾਰਡਿੰਗ ਕੀਤੀ ਹੈ, ਹਾਸਲ ਕੀਤੀ ਹੈ, ਉਹ ਅਸੀਂ ਐਨਾਲਿਸਿਸ ਲਈ FSL 'ਚ ਭੇਜਦੇ ਹਾਂ। ਮੇਰੀ ਵਿੱਚ ਹਟ ਰਹੇ ਚਲੋ।